ਅੱਖਾਂ ਮੀਟ ਕੇ ਡਾਂਗ ਨਾ ਮਾਰ ਦਈਏ ਦੁੱਧ ਪੀ ਕੇ ਜਿਹੜੀ ਗਾਂ ਇਹ ਜਿਹੜੇ ਆਵਾਰਾ ਗਊਆਂ ਸੜਕਾਂ ਤੇ ਘੁੰਮਦੀਆਂ ਇਹ ਨਹੀਂ ਹੋਇਆ ਆ ਹੁਣ ਬਰਸਾਤ ਪੈਣੀ ਹੈ ਕਿ ਮੀਂਹ ਰਾਹੀਂ ਉਤਰੀਆਂ ਜਦੋਂ ਤੱਕ ਗਾਂ ਅੱਛਾ ਪਿੱਛੇ ਹੋਰਨ ਵੱਜੇ ਜਦੋਂ ਤੱਕ ਗਾਂ ਦੁੱਧ ਦਿੰਦੀ ਹੈ ਗਾਂ ਸਾਡੀ ਹੈ ਦੁੱਧ ਦੇਣਾ ਬੰਦ ਤੇ ਬਜ਼ੁਰਗ ਕਹਿ ਦਿੰਦੇ ਭਾਊ ਟਰਾਲੀ 'ਚ ਚੜ੍ਹਾ ਲਿਆ ਰਾਤ ਨੂੰ ਅੱਠ ਕੁ ਪਿੰਡ ਲੰਘਾ ਕੇ ਰੱਸਾ ਖੋਲਿਆ ਹੁਣ ਤੂੜੀ 8 ਰੁਪਏ ਕਿਲੋ ਹੁਣ ਨਹੀਂ ਖਿਲਾਉਂਦੇ ਫਰੀ 'ਚ ਲਾਇਆ ਇਹੀ ਹਾਲਾਤ ਦੁਨੀਆਂ ਦੇ ਨੇ ਜਦੋਂ ਤੱਕ ਤੇਰੇ ਨਾਲ ਮਤਲਬ ਹੈ ਤੂੰ ਮੇਰਾ ਹੈ ਮੈਂ ਤੇਰਾ ਮਤਲਬ ਨਿਕਲ ਗਿਆ ਫਿਰ ਅੱਜ ਕੱਲ੍ਹ ਕਹਿੰਦੇ ਨੰਬਰੇ ਬਲੌਕ ਲਿਸਟ 'ਚ ਪਾ ਦਿਓ ਪਰ ਬਜ਼ੁਰਗ ਕਹਿੰਦੇ ਸਿਆਣੇ ਕਹਿੰਦੇ ਅੱਖਾਂ ਮੀਟ ਕੇ ਡਾਂਗ ਨਾ ਮਾਰ ਦਈਏ ਦੁੱਧ ਪੀ ਕੇ ਜਿਹੜੀ ਗਾਂ ਮੂੰਹ ਚੱਕ ਕੇ ਗੋਤ ਨਾ ਲਿਖ ਦਈਏ ਮੂੰਹ ਚੱਕ ਕੇ ਗੋਤ ਨਾ ਲਿਖ ਦਈਏ ਜਿਹੜੀ ਸਹੁਰਿਆਂ ਨੇ ਦਿੱਤੀ ਉਸ ਧੀ ਨੂੰ ਤਾਨਾ ਕਦੇ ਮਾਰੀਏ ਨਾ ਉਸ ਧੀ ਨੂੰ ਤਾਨਾ ਕਦੇ ਮਾਰੀਏ ਨਾ ਜਿਹੜੀ ਧੀ ਦਾਜ ਪਿੱਛੇ ਕੀ ਨਾਂ ਹੈ ਮੇਰੇ ਛੋਟੇ ਵੀਰ ਦਾ ਨਵਜੋਤ ਸਿੰਘ ਲਈ ਇੱਕ ਵਾਰ ਖੁੱਲ ਕੇ ਤਾੜੀਆਂ ਬਾਈ ਖਾਲਸਾ ਜੀ ਮਿਹਨਤ ਇੱਕ ਵਾਰ ਸਤਿਕਾਰ ਵਜੋਂ ਖੁੱਲ ਕੇ ਤਾੜੀਆਂ ਕਿਉਂਕਿ ਇਹਦੀ ਬਹੁਤ ਮਹਾਨਤਾ ਹੈ ਇਹ ਕਲਗੀਧਰ ਪਾਤਸ਼ਾਹ ਨੇ ਸਰਬੰਸ ਵਾਰ ਕੇ ਸਰਦਾਰੀਆਂ ਲਈਆਂ ਇਸ ਕਰਕੇ ਦਿਲੋਂ ਸਤਿਕਾਰ ਵਜੋਂ ਤੁਸੀਂ ਵੀ ਗੀਤ ਗਾਉਣਾ ਮੈਨੂੰ 3-4 ਕੁ ਗੀਤ ਗਾ ਲੈਣ ਦਿਓ ਫਿਰ ਤੁਸੀਂ ਆ ਜਾਓ ਠੀਕ ਹੈ ਮਜ਼ਾ ਨੂੰ ਮਾਰਿਆ ਥੈਂਕ ਯੂ ਉਸ ਧੀ ਨੂੰ ਤਾਨਾ ਕਦੇ ਮਾਰੀਏ ਨਾ ਉਹ ਜਿਹੜੀ ਧੀ ਦਾਜ ਪਿੱਛੇ ਛੱਡੀ ਹੋਵੇ ਉਸ ਗਾਲ ਨੂੰ ਗੱਲ ਹੀ ਸਮਝ ਲਖਿਆ ਉਹ ਜਿਹੜੀ ਪਿੱਠ ਪਿੱਛੇ ਹਾਸੇ ਵਿੱਚ ਛੱਡੀ ਹੋਵੇ ਬਾਪੂ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ ਮੈਲੇ ਕੱਪੜਿਆਂ ਵਾਲਾ ਮੈਲੇ ਕੱਪੜਿਆਂ ਵਾਲਾ ਵੀ ਕੋਈ ਧੰਦਾ ਨਹੀਂ ਬਿਨਾਂ ਮਿੱਠੀ ਬੋਲੀ ਤੋਂ ਕੋਈ ਵੀ ਧੰਦਾ ਨਹੀਂ ਹੁੰਦਾ ਤੇ ਬਿਨਾਂ ਦੌਣ ਤੋਂ ਲਖਿਆ ਅੱਜ ਇੱਕ ਦੂਜੇ ਨੂੰ ਵੇਖ ਜੋ ਰਹਿਣ ਸੜਦੇ ਸਾਂਝੇ ਜੀਆਂ ਦਾ ਇੱਕੋ ਪਰਿਵਾਰ ਜਿੱਥੇ ਵੱਡਿਆਂ ਦਾ ਨਹੀਂ ਸਤਿਕਾਰ ਹੁੰਦਾ ਤੇ ਉੱਥੇ ਛੋਟਿਆਂ ਨੂੰ ਮਿਲਣਾ ਅੱਜ ਇਹਨਾਂ ਗੀਤਾਂ 'ਚ ਗੈਂਗਾਂ ਦੀ ਗੱਲ ਹੁੰਦੀ ਉਹਨਾਂ ਗੀਤਾਂ 'ਚ ਸੱਭਿਆਚਾਰ ਅਖਾੜੇ ਵਿੱਚ ਜੋ ਲਾਈਵ ਨਹੀਂ ਗਾ ਸਕਦਾ ਲੱਖੇ ਸਿੱਧਵਾ ਉਹ ਕਲਾਕਾਰ ਅਗਲਾ ਗੀਤ ਜਿਸ ਗੀਤ ਨੂੰ ਤੁਸੀਂ ਬਹੁਤ ਮੁਹੱਬਤ ਬਖਸ਼ੀ ਹੈ ਔਰ ਜ਼ਿੰਦਗੀ ਦੀ ਹਕੀਕਤ ਹੈ ਕਿ ਮਹਿਲਾਂ ਵਾਲੇ ਖਾਣ ਗੋਲੀਆਂ
ਬਾਪੂ ਚੇਤਨ ਵੀਰ ਨੇ ਪਤਾ ਨਹੀਂ ਨੀਂਦ ਦੀਆਂ ਕਿਹਾ, ਪਤਾ ਨਹੀਂ ਥੀਮ ਦੀਆਂ ਕਿਹਾ ਹੁਣ ਮੈਂ ਚੇਤਨ ਵੀਰ ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ ਅਤੇ ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨਹੀਂ। ਚਲੀਏ ਸਰਦਾਰ ਜੀ ਆ ਜਾਓ ਬਾਈ, ਊੜਾ ਐੜਾ ਈੜੀ ਉਹ ਬੱਲੇ ਬੱਲੇ। ਥੈਂਕ ਯੂ ਡੀ ਸੀ ਭਾਅ ਜੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਹੁਕਮ ਲਾਇਆ ਸੀ, ਔਰ ਬਹੁਤ ਵਾਜਬ ਰੇਟ ਭਾਅ ਜੀ ਹੋਰਾਂ ਤੋਂ ਆਇਆ ਸ਼ੋਰ। ਕੁਲਦੀਪ ਭਾਅ ਜੀ ਥੈਂਕ ਯੂ, ਮਹਾਰਾਜ ਤਰੱਕੀਆਂ ਬਖਸ਼ੇ। ਚੱਲੀਏ ਜੀ ਮਹਿਲਾਂ ਵਾਲੇ ਊੜਾ ਐੜਾ ਈੜੀ ਸੱਸਾ ਸੋਚ ਹੈ ਅੱਜ ਕੱਲ ਨਹੀਂਓ ਚਰਦਾ ਗੱਲ ਕੋਈ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ, ਬੁੱਢੇ ਮਾਪੇ ਬਣ ਗਏ ਅੱਜ ਕੱਲ ਬੋਝ ਜਵਾਕਾਂ ਤੇ। ਲੱਗੀ ਜੈਮ ਬਰੈਡਾਂ ਲੱਗੀ ਜੈਮ ਬਰੈਡਾਂ ਕੁੱਤੇ ਖਾਂਦੇ ਬੈਠੇ ਨੇ। ਸਾਡੇ ਬਾਪੂ ਜੀ ਸਰਦਾਰ ਜੋਗਿੰਦਰ ਸਿੰਘ ਜੀ ਸੰਘਾ ਇੱਕ ਵਾਰ ਤਾੜੀਆਂ ਮਾਰਿਓ। 500 ਰੁਪਇਆ ਦੇ ਕੇ ਗਏ ਆ, ਕਹਿੰਦੇ ਜਵਾਕ ਬਰੀਕ ਜਿਹਾ ਲੱਗਦਾ ਦੇਸੀ ਘਿਓ ਖਾਏਗਾ। ਥੈਂਕ ਯੂ ਬਾਪੂ ਜੀ, ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੀ ਤੇ ਮੇਰੀ ਜ਼ਿੰਦਗੀ ਦਾ ਇੱਕ ਕੌੜਾ ਸੱਚ। ਸੰਘਾ ਸਾਹਿਬ ਥੈਂਕ ਯੂ, ਬਾਪੂ ਜੀ ਥੈਂਕ ਯੂ, ਬਾਪੂ ਜੀ ਥੈਂਕ ਯੂ। ਕੋਸ਼ਿਸ਼ ਕਰਿਓ ਇੱਕ ਗੇੜਾ ਹੋਰ ਮਾਰ ਜਾਓ, ਥੋੜ੍ਹਾ ਜਿਹਾ ਹੌਸਲਾ ਹੋਰ ਬਣ ਜਾਓ। ਥੈਂਕ ਯੂ ਹੋ ਸਾਡੇ ਕਿਹੜੇ ਟਰੱਕ ਚੱਲਦੇ ਚੇਤਨ ਬਾਈ, ਐਡੇ ਖੋ ਖਿੱਚ ਲੈਣੇ ਬਜ਼ੁਰਗਾਂ ਤੋਂ। ਥੈਂਕ ਯੂ, ਤੁਹਾਡੀ ਤੇ ਮੇਰੀ ਜ਼ਿੰਦਗੀ ਦਾ ਇੱਕ ਕੌੜਾ ਸੱਚ ਹੈ, ਇਸ ਗੱਲ ਤੋਂ ਆਪਾਂ ਨਮੁੱਕਰ ਨਹੀਂ ਹੋ ਸਕਦੇ ਬਾਪੂ। ਆਪਾਂ ਸਾਰਿਆਂ ਨੇ ਮਰਨਾ, ਸਾਡੀ ਮੌਤ ਮੁਕਰਰ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਵਿਧ ਕੀ ਬਣਨੀ ਹੈ ਮਾਲਕ ਜਾਣਦਾ ਹੈ। ਜੇ ਕਿਤੇ ਸਾਹ ਉਮਰ ਪੈਸਿਆਂ ਨਾਲ ਮਿਲਦੀ ਹੁੰਦੀ ਕਮਾਂਡੋ ਵਾਲੇ ਵੀਰ, ਤੇ ਲੋਕਾਂ ਨੇ ਕਰਿਆ ਕਰਨਾ ਸੀ ਵੀ ਆਹ ਕਰੋੜ ਰੁਪਇਆ ਜਮ੍ਹਾਂ ਕਰਾ ਦਿੱਤਾ,
ਜਮਰਾਜ ਹੁਣ 6 ਮਹੀਨੇ ਨਾ ਨਾ ਲਈ ਅਸੀਂ ਪੈਸੇ ਵਾਲੇ ਹਾਂ, ਫਿਰ 6 ਮਹੀਨੇ ਬਾਅਦ ਬੁਕਿੰਗ ਕਰਾ। ਬਹੁਤੇ ਲੋਕ ਸ਼ਾਇਦ ਦੁਨੀਆ ਤੋਂ ਜਾਂਦੇ ਹੀ ਨਾ ਜੇ ਪੈਸੇ ਨਾਲ ਸਾਹ ਮਿਲਦੇ ਹੁੰਦੇ। ਕੋਈ ਅਰਬਾਂ ਦਾ ਮਾਲਕ ਸਾਹ ਲੈ ਨਹੀਂ ਸਕਦਾ, ਕੋਈ ਅਰਬਾਂ ਦਾ ਮਾਲਕ ਸਾਹ ਲੈ ਨਹੀਂ ਸਕਦਾ, ਮਾਂ ਬਰਾਬਰ ਰਿਸ਼ਤਾ ਕੋਈ ਵੀ ਨਹੀਂ ਸਕਦਾ, ਮਾਂ ਬਰਾਬਰ ਰਿਸ਼ਤਾ ਕੋਈ ਵੀ ਨਹੀਂ ਸਕਦਾ। ਮਾੜੇ ਟਾਈਮ ਦੇ ਦੌਰ ਜਦੋਂ ਨੇ ਜੋ ਦਿਲ ਦੇ ਨੇੜੇ ਕੋਈ ਉਹ ਸਾਰ ਦੇ ਉੱਤੇ ਬੈਠੇ ਨੇ। ਭੈਣਾਂ ਨੂੰ ਕੱਢਣ ਅੱਖਾਂ ਜੇ ਚੁੰਨੀਆਂ ਸਿਰ ਤੋਂ ਖਿਸਕਦੀਆਂ, ਭੈਣ ਆਪਣੀ ਲੱਗੇ ਗੰਗਾ ਜਲ ਵਰਗੀ, ਹੋਵੇ ਕਿਸੇ ਦੀ ਤਾਂ ਲੱਖਿਆ ਸ਼ਰਾਬ ਕਹਿੰਦੇ, ਪਰ ਸਾਡੀ ਬਦਕਿਸਮਤੀ ਹੈ। ਆ ਮੈਂ ਮੇਲਿਆਂ 'ਚ ਰੋਜ਼ ਜਾਂਦਾ, ਕਿਸੇ ਪੀਰ ਫਕੀਰ ਦਾ ਮੇਲਾ ਹੁੰਦਾ ਤੇ ਕਲਾਕਾਰ ਉਂਗਲੀਆਂ ਆ ਭੈਣਾਂ ਵੱਲ ਨੂੰ ਕਰਕੇ, ਤੂੰ ਕਨੇਡਾ ਮੈਨੂੰ ਛੱਡ ਕੇ ਚਲ ਗਈ, ਮੈਂ ਮਰ ਗਿਆ, ਤੂੰ ਚੰਦਰੀਏ ਤੇਰਾ ਕੱਖ ਨਾ ਰਵੇ, ਤੇਰੇ ਕੀੜੇ ਪੈਣ, ਸਾਡੀ ਸਮਝ ਤੋਂ ਤਾਂ ਦੀਆਂ ਗੱਲਾਂ। ਵੈਸੇ ਮੈਂ 3 MA PhD ਹੈ, ਪਰ ਸਾਡੀ ਸੋਚ ਦਾ ਹੁਣ ਤਾਂ ਇਹ ਪਹਿਲਾਂ ਜ਼ਮਾਨਾ ਸੀ, ਅੱਜ ਤੋਂ 10 ਸਾਲ ਪਹਿਲਾਂ ਗਾਇਕੀ ਦਾ, ਜਦੋਂ ਇੱਦਾਂ ਕਰਦੇ ਸੀ ਹੈ ਨਾ, ਤੂੰ ਮਰ ਗਈ ਤੂੰ ਗਾਲ ਗਈ, ਅਤੇ ਉਹ ਸਿਸਟਮ ਹੁਣ ਮੁੜ ਕੇ ਜਿਹੜੀ ਪੜ੍ਹੀ ਲਿਖੀ ਲੋਬੀ ਆ ਉਹ ਜ਼ਿਆਦਾ ਲਾਈਕ ਕਰਦੇ। ਭੈਣਾਂ ਨੂੰ ਕੱਢਣ ਅੱਖਾਂ, ਲੋਕਾਂ ਦੀਆਂ ਧੀਆਂ ਨੂੰ ਕਹਿਣਾ ਪੁਰਜੇ ਪਟੋਲੇ ਬਿਸਕੀ ਵਰਗੀ ਹੈ, ਪਤਾ ਨਹੀਂ ਹੋਰ ਕੀ ਹੈ, ਤੇ ਜਦੋਂ ਆਪਣੀ ਭੈਣ ਜਵਾਨ ਹੋ ਜਾਏ ਨਾ ਤੇ ਉਦੋਂ ਬੰਦਾ ਸੋਚਦਾ, ਆਪਣੀ ਧੀ ਜਵਾਨ ਹੋਏ ਤੇ ਉਦੋਂ ਆ ਟਿਕਾਣੇ ਆਉਂਦੀ ਕਿ ਕੀ ਪੈਸੇ ਲਈ ਕਰਦੇ ਰਹੇ। ਕੌੜਾ ਸੱਚ ਹੈ, ਤੁਹਾਨੂੰ ਕੁਝ ਗੱਲਾਂ ਮੇਰੀਆਂ ਹਜ਼ਮ ਵੀ ਨਹੀਂ ਆਉਣੀਆਂ, ਨਹੀਂ ਕਹਿਣਾ ਬਾਹਲਾ ਬੋਲਦਾ, ਪਰ ਸੱਚ ਨੇ ਸੱਚ ਰਹਿਣਾ। ਭੈਣਾਂ ਨੂੰ ਕੱਢਣ ਅੱਖਾਂ ਜਾਂ ਚੁੰਨੀਆਂ ਸਿਰ ਤੋਂ ਖਿਸਕਦੀਆਂ, ਆਪ ਮੋੜਾਂ ਤੇ ਖੜ ਕੇ ਪਾਉਂਦੇ ਬਾਤਾਂ ਇਸ਼ਕ ਦੀਆਂ। ਪਈ ਮੁਸੀਬਤ ਅਕਸਰ ਹੀ ਉਹ ਭੱਜ ਜਾਂਦੇ ਜਿਨ੍ਹਾਂ ਦੇ ਪੈਰੀ ਪਾਏ ਹੋਏ ਮਹਿੰਗੇ ਜੁੱਤੇ ਵੇਖੇ ਨੇ। ਜਦ ਪਾਵਰ ਵਿੱਚ ਹੁੰਦਾ ਏ ਹਾਲਾਤ ਨਹੀਂ ਪੁੱਛਦਾ, ਜਦ ਪਾਵਰ ਵਿੱਚ ਹੁੰਦਾ ਏ ਹਾਲਾਤ ਨਹੀਂ ਪੁੱਛਦਾ, ਜੇ ਲੋੜ ਖੂਨ ਦੀ ਪੈ ਜਾਏ ਬੰਦਾ ਜਾਤ ਨਹੀਂ ਪੁੱਛਦਾ, ਲੋੜ ਖੂਨ ਦੀ ਪੈ ਜਾਏ ਬੰਦਾ ਜਾਤ ਨਹੀਂ ਪੁੱਛਦਾ। ਆਖਿਰ ਨੂੰ ਤੇ ਖਾਲੀ ਹੱਥ ਹੀ ਆਪਣੇ ਟਾਈਮ 'ਚ ਰਾਜ ਜਿਨ੍ਹਾਂ ਨੇ ਉਹ ਲੁੱਟੇ ਬੈਠੇ। ਬਿਸਤਰੇ
ਸਮਝ ਨਹੀਂ ਸਕਦਾ ਕੋਈ ਵੀ ਇਸ ਅਜਬ ਕਹਾਣੀ ਨੂੰ, ਫਿਰ ਯਾਦ ਧੀਆਂ ਦੀ ਆਵੇ ਪੁੱਤ ਨਾ ਪੁੱਛਦੇ ਪਾਣੀ ਨੂੰ, ਹਲ ਫੂਕੇ ਵਾਲੇ ਆ ਪੀ ਜਾਂਦੇ ਨੇ ਖੂਨ ਗਰੀਬਾਂ ਦਾ, ਜੋ ਪੁਣ ਪੁਣ ਪਾਣੀ ਪੀਂਦੇ ਇੱਥੇ ਸੁੱਚੇ ਵੇਖੇ ਨੇ, ਬਿਸਤਰੇ ਸੁੱਤੇ ਵੇਖੇ ਨੇ